ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਈਰੂ ਡਾਇਟ ਨਿਊਟ੍ਰੀਸ਼ਨ ਤੋਂ। ਅਤੇ ਅੱਜ ਆਪਾਂ ਗੱਲ ਕਰਾਂਗੇ ਫਰੂਟਸ ਦੇ ਬਾਰੇ, ਫਲਾਂ ਦੇ ਬਾਰੇ। ਡਾਇਬਟਿਕ ਪੀਪਲ, ਜਿਹੜੇ ਡਾਇਬਟਿਕ ਪੇਸ਼ੈਂਟ ਨੇ, ਉਹਨਾਂ ਨੂੰ ਫਰੂਟਸ ਦੀ ਵਰਤੋਂ ਕਿਸ ਹਿਸਾਬ ਨਾਲ ਕਰਨੀ ਚਾਹੀਦੀ ਹੈ? ਦੇਖੋ, ਇਹ ਇੱਕ ਐਸਾ ਟੋਪਿਕ ਆ ਜਿਹਦੇ ਉੱਪਰ ਬਹੁਤ ਸਾਰੀ ਡਿਬੇਟ ਹੋ ਚੁੱਕੀ ਹੈ। ਬਹੁਤ ਸਾਰੇ ਲੋਕ ਤੁਹਾਨੂੰ, ਕੋਈ ਕਹੇਗਾ ਫਰੂਟ ਖਾਓ, ਕੋਈ ਕਹੇਗਾ ਨਾ ਖਾਓ। ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਫਰੂਟ ਅਗਰ ਖਾਣਾ ਹੈ ਤਾਂ ਸਮਝਦਾਰੀ ਨਾਲ ਖਾਓ, ਠੀਕ ਹੈ ਜੀ। ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ, ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਡਿਸਕਸ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਉਹ ਡਿਸਕਸ ਕਰਨੀ ਹੈ। ਦੇਖੋ, ਅਗਰ ਤੁਸੀਂ ਡਾਇਬਟਿਕ ਹੋ, ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ, ਘੱਟੋ ਘੱਟ ਹਫ਼ਤੇ ਦੇ ਵਿੱਚ 2 ਵਾਰ ਤੁਸੀਂ ਆਪਣੀ ਜਿਹੜੀ ਹੈ ਖਾਲੀ ਪੇਟ ਸ਼ੂਗਰ ਜ਼ਰੂਰ ਚੈੱਕ ਕਰਨੀ ਹੈ, ਠੀਕ ਹੈ। 2 ਵਾਰ ਜ਼ਰੂਰ ਚੈੱਕ ਕਰਨੀ। ਹੁਣ ਮੰਨ ਲਓ ਤੁਸੀਂ ਆਪਣੀ ਖਾਲੀ ਪੇਟ ਸ਼ੂਗਰ ਚੈੱਕ ਕਰ ਰਹੇ ਹੋ, ਸ਼ੂਗਰ ਤੁਹਾਡੀ ਆਉਂਦੀ ਹੈ 120 ਤੋਂ ਥੱਲੇ, 100, 110, 105, ਜਿੰਨੀ ਵੀ ਹੈ, 120 ਤੋਂ ਥੱਲੇ ਅਗਰ ਸ਼ੂਗਰ ਤੁਹਾਡੀ ਆਉਂਦੀ ਹੈ, ਤਾਂ ਅਗਲੇ 2-3 ਦਿਨ ਲਈ ਤੁਸੀਂ ਫਰੂਟ ਥੋੜ੍ਹੀ ਮਾਤਰਾ ਦੇ ਵਿੱਚ ਖਾ ਸਕਦੇ ਹੋ। ਲੇਕਿਨ ਅਗਰ ਤੁਸੀਂ ਆਪਣੀ ਖਾਲੀ ਪੇਟ ਸ਼ੂਗਰ ਚੈੱਕ ਕਰਦੇ ਹਾਂ ਤਾਂ ਉਹ 120 ਦੀ ਬਜਾਏ 125, 40, 50, 180, 200 ਇਸ ਤੋਂ ਉੱਪਰ ਆਉਂਦੀ ਹੈ, ਤੁਹਾਨੂੰ ਮੈਂ ਇੱਕੋ ਰਿਕੁਐਸਟ ਕਰੂੰਗਾ, ਪਲੀਜ਼ ਅਗਲੇ 3 ਦਿਨਾਂ ਵਾਸਤੇ ਫਰੂਟ ਬਿਲਕੁਲ ਨਾ ਖਾਓ। 3 ਦਿਨ ਬਾਅਦ ਆਪਣੀ ਖਾਲੀ ਪੇਟ ਸ਼ੂਗਰ ਦੁਬਾਰਾ ਚੈੱਕ ਕਰੋ, ਅਗਰ ਉਹ ਕੰਟਰੋਲ 'ਚ ਆ ਜਾਂਦੀ ਹੈ, 120 ਤੋਂ ਥੱਲੇ ਆ ਜਾਂਦੀ ਹੈ, ਤਾਂ ਠੀਕ, ਫਰੂਟ ਖਾ ਸਕਦੇ ਹੋ। ਲੇਕਿਨ ਅਗਰ ਉਹ ਫਿਰ ਵੀ 120 ਤੋਂ ਥੱਲੇ ਨਹੀਂ ਆਉਂਦੀ, ਪਲੀਜ਼ ਫਰੂਟ ਨਾ ਖਾਓ। ਅਗਰ ਤੁਸੀਂ ਫਰੂਟ ਨਹੀਂ ਖਾਓਗੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ, ਕਿਉਂਕਿ ਅਸੀਂ ਸਾਰੇ ਵਿਟਾਮਿਨ ਮਿਨਰਲ ਜਿਹੜੇ ਆ ਉਹ ਦੂਜੇ ਪਾਸੇ ਸਬਜ਼ੀਆਂ ਦੇ ਵਿੱਚੋਂ ਲੈ ਲੈਣੇ ਆ। ਜੇ ਤੁਸੀਂ ਮੇਰੀ ਵੈਜੀਟੇਬਲਸ ਵਾਲੀ ਵੀਡੀਓ ਦੇਖੀ ਹੈ ਤਾਂ ਤੁਹਾਨੂੰ ਪੂਰੀ ਤਰ੍ਹਾਂ ਪਤਾ ਆ ਕਿ ਮੈਂ ਤੁਹਾਨੂੰ ਕੀ ਰਿਕੁਐਸਟ ਕਰਦਾ ਪਿਆ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਇੱਕ ਬਹੁਤ ਹੀ ਇੰਟਰਸਟਿੰਗ ਸਟੱਡੀ ਹੋਈ ਸੀਗੀ ਫਰੂਟਸ ਦੇ ਉੱਪਰ, ਠੀਕ ਹੈ। ਦੇਖੋ, ਫਰੂਟਸ ਦੇ ਵਿੱਚ ਵੀ ਫਰਕਟੋਸ ਨਾਮ ਦੀ ਇੱਕ ਸ਼ੂਗਰ ਹੁੰਦੀ ਹੈ, ਮਿਠਾਸ ਹੁੰਦੀ ਹੈ, ਜਿਹੜੀ ਕਿ ਸਾਡੇ ਬਲੱਡ ਗਲੂਕੋਜ਼ ਲੈਵਲ ਨੂੰ ਵਧਾਉਂਦੀ ਹੈ। ਸ਼ੂਗਰ ਹਮੇਸ਼ਾ ਹੀ ਫਰਕਟੋਸ ਹੋਵੇ ਚਾਹੇ ਸੁਕਰੋਸ ਹੋਵੇ, ਸਾਡੀ ਗਲੂਕੋਜ਼ ਲੈਵਲ ਨੂੰ, ਬਲੱਡ ਗਲੂਕੋਜ਼ ਲੈਵਲ ਨੂੰ ਵਧਾਏਗੀ। ਲੇਕਿਨ ਉਹਨਾਂ ਨੇ ਉਸ ਰਿਸਰਚ ਵਿੱਚ ਇਹ ਪਾਇਆ ਕਿ ਅਗਰ ਤੁਸੀਂ ਸਹੀ ਮਾਤਰਾ ਦੇ ਵਿੱਚ ਫਰੂਟ ਖਾਂਦੇ ਹੋ ਤਾਂ ਫਰਕਟੋਸ ਸ਼ੂਗਰ ਜਿਹੜੀ ਹੈ ਇਹ ਤੁਹਾਡੇ ਬਲੱਡ ਸ਼ੂਗਰ ਨੂੰ ਲੈਵਲ ਕਰੇਗੀ ਜਾਂ ਘਟਾਏਗੀ, ਠੀਕ ਹੈ। ਦੇਖੋ ਕਿੰਨੀ ਇੰਟਰਸਟਿੰਗ ਸਟੱਡੀ ਹੈ ਇਹ। ਲੇਕਿਨ ਅਗਰ ਤੁਸੀਂ ਇਸ ਸਟੱਡੀ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਤਾਂ ਤੁਸੀਂ ਬਹੁਤ ਵੱਡਾ ਭੁਲੇਖਾ ਖਾ ਜਾਓਗੇ। ਇਸ ਸਟੱਡੀ ਵਿੱਚ ਬਕਾਇਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਹੀ ਮਾਤਰਾ ਵਿੱਚ ਖਾਧਾ ਹੋਇਆ ਫਰੂਟ, ਸਹੀ ਫਰੂਟ ਤੇ ਸਹੀ ਮਾਤਰਾ 'ਚ ਖਾਧਾ ਹੋਇਆ ਜਿਹੜਾ ਫਰੂਟ ਹੈ ਉਹ ਤੁਹਾਡੇ ਬਲੱਡ ਗਲੂਕੋਜ਼ ਲੈਵਲਸ ਨੂੰ ਠੀਕ ਰੱਖੇਗਾ। ਅਗਰ ਤੁਸੀਂ ਬੇਹਿਸਾਬਾ ਜ਼ਿਆਦਾ ਮਾਤਰਾ 'ਚ ਫਰੂਟ ਖਾਓਗੇ ਤਾਂ ਉਹਦੇ ਨਾਲ ਤੁਹਾਨੂੰ ਨੁਕਸਾਨ ਹੀ ਹੋਣਾ ਹੈ। ਸੋ ਦੋਸਤੋ, ਫਰੂਟਸ ਦੀ ਸਿਲੈਕਸ਼ਨ ਕਰਨ ਲੱਗੇ ਸਾਨੂੰ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਪਹਿਲੀ ਗੱਲ, ਸੀਜ਼ਨਲ ਫਰੂਟ ਹੋਣਾ ਚਾਹੀਦਾ, ਮੌਸਮੀ ਫਰੂਟ ਹੋਣਾ ਚਾਹੀਦਾ। ਮੌਸਮ ਤੋਂ ਬਾਹਰਲਾ ਫਰੂਟ ਪਲੀਜ਼ ਨਾ ਖਾਓ। ਜੋ ਤੁਹਾਡੇ ਇਲਾਕੇ 'ਚ ਜਿਸ ਵੀ ਜਗ੍ਹਾ 'ਤੇ ਤੁਸੀਂ ਰਹਿੰਦੇ ਹੋ, ਜੋ ਵੀ ਮੌਸਮ ਦੇ ਹਿਸਾਬ ਨਾਲ ਫਰੂਟ ਚੱਲਦਾ, ਮੌਸਮੀ ਫਰੂਟ ਖਾਓ, ਬੇਮੌਸਮ ਵਾਲਾ ਫਰੂਟ ਨਾ ਖਾਓ। ਨੰਬਰ 2, ਜਿਹੜਾ ਵੀ ਫਰੂਟ ਤੁਸੀਂ ਲਓ ਉਹ ਹਾਈ ਫਾਈਬਰ ਫਰੂਟ ਹੋਣਾ ਚਾਹੀਦਾ ਆ। ਮੈਂ ਬਾਰ ਬਾਰ ਫਾਈਬਰ ਦੇ ਉੱਪਰ ਸਟ੍ਰੈਸ ਪਾਉਣਾ ਆ ਹਰ ਵੀਡੀਓ ਦੇ ਵਿੱਚ। ਹਾਈ ਫਾਈਬਰ ਫਰੂਟ ਜਿਹੜਾ ਆ ਉਹ ਹੋਣਾ ਚਾਹੀਦਾ ਆ, ਲੋਅ ਫਾਈਬਰ ਵਾਲਾ ਫਰੂਟ ਤੁਸੀਂ ਨਹੀਂ ਖਾਣਾ। ਨੰਬਰ 3, ਗਲਾਈਸੀਮਿਕ ਇੰਡੈਕਸ, ਇੱਕ ਟਰਮ ਹੁੰਦੀ ਹੈ ਗਲਾਈਸੀਮਿਕ ਇੰਡੈਕਸ, ਜਿਹਦਾ ਮਤਲਬ ਆ ਵੀ ਕੋਈ ਵੀ ਖਾਧੀ ਹੋਈ ਜਿਹੜੀ ਚੀਜ਼ ਆ ਉਹ ਤੁਹਾਡੀ ਸ਼ੂਗਰ ਨੂੰ ਕਿੰਨਾ ਕੁ ਉੱਪਰ ਚੱਕੇਗੀ। ਗਲਾਈਸੀਮਿਕ ਇੰਡੈਕਸ ਦੇ ਉੱਪਰ ਲੋ ਤੋਂ ਮੀਡੀਅਮ ਕੈਟਾਗਰੀ ਦਾ ਹੀ ਫਰੂਟ ਤੁਸੀਂ ਖਾ ਸਕਦੇ ਹੋ, ਹਾਈ ਗਲਾਈਸੀਮਿਕ ਇੰਡੈਕਸ ਫੂਡ ਜਿਹੜਾ ਆ ਤੁਸੀਂ ਨਹੀਂ ਖਾਣਾ। ਹੁਣ ਦੇਖੋ, ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਨਾ, ਤੇ ਇਹਦਾ ਮਤਲਬ ਇਹੀ ਆ ਵੀ ਤੁਹਾਡੇ ਕੋਲ ਅੱਛੀ ਖਾਸੀ ਇੰਟਰਨੈਟ ਦੀ ਐਕਸੈਸ ਹੈਗੀ ਆ। ਇੰਟਰਨੈਟ ਦੇ ਉੱਪਰ ਵੀ ਤੁਸੀਂ ਲਿਸਟ ਚੈੱਕ ਕਰ ਸਕਦੇ ਹੋ ਲੋ ਤੇ ਮੀਡੀਅਮ ਗਲਾਈਸੀਮਿਕ ਇੰਡੈਕਸ ਵਾਲੇ ਫੂਡ ਦੀ। ਮੈਂ ਵੀ ਆਪਣੀ ਇਸ ਵੀਡੀਓ ਦੇ ਵਿੱਚ ਉਹ ਲਿਸਟ ਜ਼ਰੂਰ ਸ਼ੇਅਰ ਕਰੂੰਗਾ। ਲਾਸਟ ਚੀਜ਼ ਜਿਹੜੀ ਸਮਝਣ ਵਾਲੀ ਆ ਜਾਂਦੀ ਹੈ ਵੀ ਇਕੱਲੇ ਗਲਾਈਸੀਮਿਕ ਇੰਡੈਕਸ ਨੂੰ ਫੋਲੋ ਕਰਨ ਦੇ ਨਾਲ ਸਾਡੀ ਗੱਲ ਨਹੀਂ ਬਣਦੀ, ਸਾਨੂੰ ਗਲਾਈਸੀਮਿਕ ਲੋਡ ਵੀ ਦੇਖਣਾ ਪੈਣਾ। ਗਲਾਈਸੀਮਿਕ ਲੋਡ ਇਹ ਮਤਲਬ ਹੈ ਕਿ ਉਸ ਖਾਣੇ, ਉਸ ਫਰੂਟ ਦੇ ਵਿੱਚ ਕਿੰਨਾ ਕੁ ਫਾਈਬਰ ਆ। ਜਿੰਨਾ ਜ਼ਿਆਦਾ ਫਾਈਬਰ ਵਾਲਾ ਫਰੂਟ ਹੋਏਗਾ, ਠੀਕ ਹੈ, ਉਹਦਾ ਗਲਾਈਸੀਮਿਕ ਲੋਡ ਉਨਾ ਘੱਟ ਹੋਏਗਾ। ਸੋ ਅਸੀਂ ਨਾ ਸਿਰਫ ਗਲਾਈਸੀਮਿਕ ਇੰਡੈਕਸ ਦੇਖੀਏ ਬਲਕਿ ਗਲਾਈਸੀਮਿਕ ਲੋਡ ਵੀ ਦੇਖੀਏ। ਹੁਣ ਜਿਵੇਂ ਕਿ ਅਨਾਨਾਸ ਆ, ਪਾਈਨਐਪਲ, ਪਾਈਨਐਪਲ ਦਾ ਗਲਾਈਸੀਮਿਕ ਇੰਡੈਕਸ ਹੈਗਾ ਆ 66, ਠੀਕ ਹੈ। 66 ਗਲਾਈਸੀਮਿਕ ਇੰਡੈਕਸ ਹੋਣ ਕਰਕੇ ਪਾਈਨਐਪਲ ਜਿਹੜਾ ਆ ਉਹ ਮੀਡੀਅਮ, ਜਿਹੜਾ ਮੀਡੀਅਮ ਗਲਾਈਸੀਮਿਕ ਇੰਡੈਕਸ ਵਾਲੀ ਰੇਂਜ ਵਿੱਚ ਆਉਂਦਾ ਆ। ਲੇਕਿਨ ਜੇ ਤੁਸੀਂ ਉਹਦਾ ਗਲਾਈਸੀਮਿਕ ਲੋਡ ਦੇਖੋਗੇ ਤਾਂ ਲੋਡ ਹੈਗਾ ਆ 6, ਓਨਲੀ 6। 6 ਗਲਾਈਸੀਮਿਕ ਲੋਡ ਵਾਲੇ ਫਰੂਟ ਜਿਹੜੇ ਨੇ ਉਹ ਸਾਡੇ ਲਈ ਸੇਫ ਆ, ਉਹ ਅਸੀਂ ਖਾ ਸਕਦੇ ਹਾਂ, ਲੇਕਿਨ ਮਾਤਰਾ ਦਾ ਧਿਆਨ ਰੱਖਦੇ ਹੋਏ, ਠੀਕ ਹੈ। ਜ਼ਿਆਦਾ ਨਹੀਂ ਖਾਵਾਂਗੇ, ਕੁਆਂਟਿਟੀ ਲਿਮਿਟ ਦੇ ਵਿੱਚ ਖਾਵਾਂਗੇ। ਆਓ ਦੋਸਤੋ, ਹੁਣ ਆਪਾਂ ਗੱਲ ਕਰੀਏ ਵੀ ਉਹ ਕਿਹੜੇ ਫਰੂਟ ਨੇ ਜਿਹੜੇ ਅਸੀਂ ਬਿਲਕੁਲ ਵੀ ਨਹੀਂ ਖਾਣੇ, ਜਿਨ੍ਹਾਂ ਵਾਸਤੇ ਸਾਡੀ ਪੱਕੀ ਨਾ ਆ, ਠੀਕ ਹੈ। ਆਪਾਂ ਬਾਕੀ ਸਾਰੀਆਂ ਚੀਜ਼ਾਂ ਛੱਡ ਦਿਆਂਗੇ, ਇਹ ਫਰੂਟ ਆਪਾਂ ਬਿਲਕੁਲ ਨਹੀਂ ਖਾਣੇ। ਉਹ ਕਿਹੜੇ ਕਿਹੜੇ ਫਰੂਟ ਆ? ਹਰੇ ਅੰਗੂਰ, ਚੀਕੂ, ਖਜੂਰਾਂ, ਲੀਚੀ,
ਤੇ ਸੌਗੀ। ਇਹ ਚੀਜ਼ਾਂ ਆਪਾਂ ਬਿਲਕੁਲ ਵੀ ਨਹੀਂ ਖਾਣੀਆਂ ਕਿਉਂਕਿ ਇਹ ਬਹੁਤ ਜ਼ਿਆਦਾ ਹਾਈ ਜਿਹੜੀਆਂ ਨੇ ਗਲਾਈਸੀਮਿਕ ਇੰਡੈਕਸ ਤੇ ਹੁੰਦੀਆਂ ਆ, ਗਲਾਈਸੀਮਿਕ ਲੋਡ ਵੀ ਇਹਨਾਂ ਦਾ ਬਹੁਤ ਹਾਈ ਹੈ, ਫਾਈਬਰ ਇਹਨਾਂ ਦਾ ਘੱਟ ਹੈ, ਠੀਕ ਹੈ। ਇਸ ਕਰਕੇ ਇਹ ਸਾਰੇ ਜਿਹੜੇ ਫਰੂਟ ਆਪਾਂ ਨਹੀਂ ਖਾਣੇ। ਹੁਣ ਗੱਲ ਕਰੀਏ ਵੀ ਕਿਹੜੇ ਫਰੂਟ ਅਸੀਂ ਖਾ ਸਕਦੇ ਹਾਂ, ਠੀਕ ਹੈ। ਅਸੀਂ ਸੇਬ, ਅਨਾਨਾਸ, ਅਨਾਰ, ਆਪਣਾ ਪਪੀਤਾ, ਫਿਰ ਆ ਗਿਆ ਤੁਹਾਡਾ ਬੱਬੂ ਗੋਸ਼ੇ, ਖਰਬੂਜਾ, ਹਦਵਾਣਾ, ਠੀਕ ਹੈ। ਇਸ ਤੋਂ ਇਲਾਵਾ ਹੋਰ ਜਿੰਨੇ ਵੀ ਜਿਹੜੇ ਸਾਡੇ ਮੌਸਮੀ ਫਰੂਟ ਹੈਗੇ ਆ, ਇਹ ਸਾਰੇ ਆਪਾਂ ਜਿਹੜੇ ਆ ਉਹ ਖਾ ਸਕਦੇ ਹਾਂ। ਲੇਕਿਨ ਜਿਹੜੀ ਗੱਲ ਅੱਜ ਤੋਂ ਪਹਿਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਹੋਏਗੀ, ਚਾਹੇ ਤੁਸੀਂ ਜਿੰਨਾ ਮਰਜ਼ੀ ਵੀਡੀਓਜ਼ ਦੇਖ ਸਕਦੇ ਹਾਂ, ਵੱਡੇ ਵੱਡੇ ਡਾਕਟਰਸ ਦੀਆਂ, ਨਿਊਟ੍ਰੀਸ਼ਨਿਸਟ ਦੀਆਂ, ਡਾਇਟੀਸ਼ਨਾਂ ਦੀਆਂ, ਉਹ ਕਦੀ ਵੀ ਆਪਣੀ ਵੀਡੀਓ 'ਚ ਤੁਹਾਨੂੰ ਸਹੀ ਮਾਤਰਾ ਨਹੀਂ ਦੱਸਦੇ ਵੀ ਸਹੀ ਮਾਤਰਾ ਕੀ ਹੈ ਫਰੂਟ ਖਾਣ ਦੀ। ਲੇਕਿਨ ਈਰੂਡਾਈਟ ਨਿਊਟ੍ਰੀਸ਼ਨ ਆਪਣੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਛੱਡਦਾ, ਤੁਹਾਨੂੰ ਪੂਰੀ ਜਾਣਕਾਰੀ ਹਮੇਸ਼ਾ ਹੀ ਦੇਣਾ ਮੈਂ ਆਪਣਾ ਫਰਜ਼ ਸਮਝਦਾ ਹਾਂ। ਸਹੀ ਮਾਤਰਾ ਫਰੂਟ ਖਾਣ ਦੀ ਹੈ ਜੀ 100 ਗ੍ਰਾਮ, ਠੀਕ ਹੈ। 100 ਗ੍ਰਾਮ ਤੋਂ ਜ਼ਿਆਦਾ ਨਹੀਂ ਖਾਣਾ। ਹੁਣ ਮੰਨ ਲਓ ਤੁਸੀਂ ਸੇਬ ਲੈ ਕੇ ਆਉਂਦੇ ਹਾਂ, ਤੁਹਾਡੇ 1 ਕਿਲੋ 'ਚ 5 ਸੇਬ ਆਏ, ਯਾਨੀ 1 ਸੇਬ ਤੁਹਾਡਾ ਹੋ ਗਿਆ 200 ਗ੍ਰਾਮ ਦਾ, ਤੁਸੀਂ ਅੱਧਾ ਸੇਬ ਖਾ ਸਕਦੇ ਹੋ। ਸੰਤਰੇ ਆ, ਅੱਧਾ ਸੰਤਰਾ ਖਾ ਸਕਦੇ ਹੋ। ਅਨਾਰ ਹੈ, ਅੱਧਾ ਅਨਾਰ ਤੁਸੀਂ ਖਾ ਸਕਦੇ ਹੋ, ਠੀਕ ਹੈ। ਆਲੂ ਬੁਖਾਰੇ ਅਗਰ ਛੋਟੇ ਸਾਈਜ਼ ਦੇ ਆ, ਤੁਸੀਂ 2 ਖਾ ਸਕਦੇ ਹੋ। ਅਮਰੂਦ ਤੁਸੀਂ 1 ਖਾ ਸਕਦੇ ਹੋ, ਕੀਵੀ ਤੁਸੀਂ 1 ਖਾ ਸਕਦੇ ਹੋ, ਪਪੀਤਾ, ਖਰਬੂਜਾ, ਹਦਵਾਣਾ ਵੀ ਅਗਰ ਤੁਸੀਂ ਖਾਣਾ ਹੈ ਤੇ ਉਹ ਅੱਧਾ ਸੇਬ ਜਿਹੜਾ ਆ 100 ਗ੍ਰਾਮ ਉਹਦੀ ਮਾਤਰਾ ਦੇ ਬਰਾਬਰ ਹੀ ਖਾਣਾ ਤੇ ਕੌਲੀ 'ਚ ਪਾ ਕੇ ਖਾਣਾ। ਮੇਰਾ ਖਿਆਲ ਆ ਵੀ ਜਿੰਨੇ ਵੀ ਜਾਣੇ ਆ ਵੀਡੀਓ ਦੇਖਦੇ ਪਏ ਆ, ਮੈਨੂੰ ਨਹੀਂ ਲੱਗਦਾ ਤੁਸੀਂ ਕਦੀ ਹਦਵਾਣਾ, ਪਪੀਤਾ ਜਾਂ ਖਰਬੂਜਾ ਕੌਲੀ 'ਚ ਪਾ ਕੇ ਵੀ ਖਾਧਾ ਹੋਊਗਾ 100 ਗ੍ਰਾਮ। ਕਿਉਂ? ਅਸੀਂ ਹਮੇਸ਼ਾ ਹੀ ਡੋਂਗੇ ਭਰ ਭਰ ਕੇ ਜਾਂ ਪਲੇਟਾਂ ਭਰ ਭਰ ਕੇ ਫਰੂਟ ਖਾਣ ਦੇ ਆਦੀ ਹਾਂ, ਇਸੇ ਕਰਕੇ ਹੀ ਅਸੀਂ ਬਿਮਾਰ ਹੁੰਦੇ ਹਾਂ, ਠੀਕ ਹੈ। ਸੋ ਫਰੂਟ ਖਾਈਏ, ਸਹੀ ਟਾਈਮ 'ਤੇ ਸਹੀ ਫਰੂਟ ਚੁਣ ਕੇ ਖਾਈਏ ਅਤੇ ਸਹੀ ਮਾਤਰਾ ਵਿੱਚ ਖਾਈਏ। ਦੋਸਤੋ, ਜਦੋਂ ਫਰੂਟਸ ਦੀ ਗੱਲ ਆਉਂਦੀ ਹੈ, ਅਕਸਰ ਅਸੀਂ ਇਹਨਾਂ 4 ਵੱਡੀਆਂ ਗਲਤੀਆਂ ਦੇ ਵਿੱਚ ਹਮੇਸ਼ਾ ਹੀ ਫਸ ਜਾਂਦੇ ਹਾਂ। ਪਹਿਲੀ ਗੱਲ ਤਾਂ ਅਸੀਂ ਰੈਗੂਲਰ ਫਰੂਟਸ ਖਾਂਦੇ ਨਹੀਂ, ਠੀਕ ਹੈ। ਹੁਣ ਦੇਖੋ, ਜੇ ਤੁਹਾਡੀ ਬਲੱਡ ਗਲੂਕੋਜ਼ ਲੈਵਲ ਜਿਹੜਾ ਹੈ ਉਹ ਤੁਹਾਡਾ ਆਊਟ ਆਫ ਕੰਟਰੋਲ ਹੈ, ਤਾਂ ਤੁਸੀਂ ਰੈਗੂਲਰ ਫਰੂਟ ਖਾਣੇ ਵੀ ਨਹੀਂ ਗੇ, ਠੀਕ ਹੈ। ਨੰਬਰ 2, ਅਸੀਂ ਫਰੂਟ ਹਮੇਸ਼ਾ ਹੀ ਢਿੱਡ ਭਰਵਾਂ ਫਰੂਟ ਖਾਂਦੇ ਹਾਂ, ਡੋਂਗੇ ਪਲੇਟਾਂ ਭਰ ਭਰ ਕੇ ਫਰੂਟ ਖਾਂਦੇ ਹਾਂ, ਇੰਨਾ ਫਰੂਟ ਨਹੀਂ ਖਾਣਾ, ਇਹ ਟੋਟਲੀ ਗਲਤ ਆ। ਤੀਸਰਾ, ਅਸੀਂ ਪਹਿਲਾਂ ਰੋਟੀ ਨਾਲ ਢਿੱਡ ਭਰ ਲੈਂਦੇ ਹਾਂ, ਦਾਲਾਂ ਸਬਜ਼ੀਆਂ ਨਾਲ ਢਿੱਡ ਭਰ ਲੈਂਦੇ, ਚੌਲਾਂ ਨਾਲ ਢਿੱਡ ਭਰ ਲੈਂਦੇ, ਬਾਅਦ ਦੇ ਵਿੱਚ ਅਸੀਂ ਫਰੂਟ ਕੱਟ ਕੇ ਬਹਿ ਜਾਂਦੇ ਹਾਂ। ਤੁਸੀਂ ਆਲਰੇਡੀ ਆਪਣੇ ਬੋਡੀ ਦੇ ਵਿੱਚ ਇੰਨਾ ਖਾਣਾ ਪਾ ਚੁੱਕੇ ਹੋ, ਉੱਪਰ ਦੀ ਤੁਸੀਂ ਸ਼ੂਗਰ ਵਾਲੀ ਚੀਜ਼ ਹੋਰ ਪਾਓਗੇ, ਫਰਕਟੋਸ ਵਾਲੀ ਚੀਜ਼ ਹੋਰ ਪਾਓਗੇ, ਫਰੂਟ ਫਲ ਕੋਈ ਹੋਰ ਪਾਓਗੇ, ਨੈਚੁਰਲੀ ਤੁਹਾਡਾ ਬਲੱਡ ਗਲੂਕੋਜ਼ ਲੈਵਲ ਆਊਟ ਆਫ ਕੰਟਰੋਲ ਹੋ ਕੇ ਹੀ ਵਧੇਗਾ। ਸੋ ਇਹ ਗਲਤੀ ਨਹੀਂ ਕਰਨੀ ਹੈਗੀ। ਫਰੂਟ ਨੂੰ ਸੈਪਰੇਟ ਟਾਈਮ 'ਤੇ ਖਾਓ, ਰੋਟੀ ਤੋਂ ਬਾਅਦ, ਡਿਨਰ ਤੋਂ ਬਾਅਦ, ਸ਼ਾਮ ਪੈਣ ਤੋਂ ਬਾਅਦ ਫਰੂਟ ਨੂੰ ਆਪਾਂ ਨਹੀਂ ਖਾਣਾ। ਚੌਥੀ ਜਿਹੜੀ ਸਭ ਤੋਂ ਵੱਡੀ ਗਲਤੀ ਅਸੀਂ ਕਰਦੇ ਹਾਂ ਨਾ, ਜਦੋਂ ਵੀ ਫਰੂਟ ਲੈਣ ਜਾਂਦੇ ਅਸੀਂ ਪ੍ਰੋਪਰ ਪੱਕਾ ਹੋਇਆ ਫਰੂਟ ਲੱਭ ਕੇ ਉਹ ਖਰੀਦ ਕੇ ਲਿਆਉਂਦੇ, ਠੀਕ ਹੈ। ਹੁਣ ਤੁਹਾਡੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਥੋੜ੍ਹਾ ਘੱਟ ਪੱਕਾ ਜਾਂ ਕੱਚਾ ਸੇਬ ਖਾਧਾ ਆ, ਤੁਸੀਂ ਲੋਕ ਮੇਰੀ ਗੱਲ ਨਾ ਬੜੀ ਆਸਾਨੀ ਨਾਲ ਸਮਝ ਜਾਓਗੇ। ਦੇਖੋ, ਕੱਚਾ ਐਪਲ ਇੱਕ ਪਾਸੇ ਰੱਖੋ ਨਾਲ ਬਰਾਬਰ ਪੱਕਾ ਐਪਲ, ਅਤੇ ਇੱਕ ਰੱਖੋ ਉਹ ਐਪਲ ਜਿਹੜਾ ਬਹੁਤ ਜ਼ਿਆਦਾ ਪੱਕ ਚੁੱਕਾ, ਠੀਕ ਹੈ। ਮਤਲਬ ਕਿ ਕੱਚਾ ਐਪਲ, ਘੱਟ ਪੱਕਿਆ ਐਪਲ ਤੇ ਜ਼ਿਆਦਾ ਪੱਕਿਆ ਹੋਇਆ ਐਪਲ ਜਿਹੜਾ ਆ, ਠੀਕ ਹੈ। ਅਗਰ ਤੁਸੀਂ ਇਹਨਾਂ ਤਿੰਨਾਂ ਦੇ ਵਿਟਾਮਿਨ, ਮਿਨਰਲ ਤੇ ਐਂਟੀ ਆਕਸੀਡੈਂਟ ਨੂੰ ਕੰਪੇਅਰ ਕਰੋਗੇ ਤੇ ਮਾੜਾ ਮੋਟਾ ਫਰਕ ਪੈਣਾ, ਲੇਕਿਨ ਉਹ ਤਿੰਨਾਂ ਸਟੇਜਾਂ ਦੇ ਉੱਪਰ ਐਪਲ ਦੇ ਵਿੱਚ ਸਾਰੇ ਗੁਣ ਹੈਗੇ ਨੇ। ਕਿਹੜੀ ਇੱਕ ਵੱਡੀ ਚੀਜ਼ ਦਾ ਫਰਕ ਆ ਰਿਹਾ? ਉਹ ਹੈਗਾ ਆ ਜੀ ਮਿੱਠੇ ਦਾ, ਸ਼ੂਗਰ ਦਾ। ਜਿਹੜੀਆਂ ਸ਼ੂਗਰਸ ਫਰੂਟ ਦੇ ਵਿੱਚ ਡਿਵੈਲਪ ਹੋਣੀਆਂ ਸ਼ੁਰੂ ਹੁੰਦੀਆਂ, ਜਿਵੇਂ ਜਿਵੇਂ ਫਰੂਟ ਪੱਕਦਾ ਆ ਉਹਦੇ ਅੰਦਰ ਦੀ ਮਿਠਾਸ ਵੱਧਦੀ ਆ, ਜਿੱਥੋਂ ਸਾਨੂੰ ਇਹ ਗੱਲ ਸਮਝ ਆਉਂਦੀ ਆ ਤੇ ਸਾਨੂੰ ਪੱਲੇ ਬੰਨ ਲੈਣੀ ਚਾਹੀਦੀ ਆ। ਫਰੂਟ ਹਮੇਸ਼ਾ ਲੈ ਕੇ ਆਈਏ ਤੇ ਕੱਚੇ ਤੋਂ ਪੱਕੇ ਵਾਲੀ ਜਿਹੜਾ ਸਟੇਜ ਦਾ ਆ, ਜਦੋਂ ਉਹ ਹਲਕਾ ਪੱਕ ਰਿਹਾ ਹੁੰਦਾ, ਠੀਕ ਹੈ, ਜਦੋਂ ਪੱਕਣਾ ਸ਼ੁਰੂ ਕਰਦਾ, ਹਲਕਾ ਕੱਚਾ ਹਲਕਾ ਪੱਕਾ ਫਰੂਟ ਹੀ ਸਾਨੂੰ ਹਮੇਸ਼ਾ ਖਾਣਾ ਚਾਹੀਦਾ ਆ ਅਗਰ ਅਸੀਂ ਡਾਇਬਿਟਿਕ ਹੈਗੇ ਹਾਂ। ਸੋ ਇਹਦੇ ਨਾਲ ਹੋਏਗਾ ਕਿ ਵੀ ਅਸੀਂ ਵੈਸੇ ਹੀ ਆਪਣੀ ਬੋਡੀ 'ਚ ਘੱਟ ਮਿਠਾਸ ਪਾਵਾਂਗੇ, ਸਾਨੂੰ ਸਾਰੇ ਜਿਹੜੇ ਉਹਦੇ ਮਿਨਰਲ, ਵਿਟਾਮਿਨ ਅਤੇ ਐਂਟੀ ਆਕਸੀਡੈਂਟਸ ਦੇ ਜਿਹੜੇ ਗੁਣ ਆ ਉਹ ਮਿਲ ਜਾਣਗੇ, ਲੇਕਿਨ ਨਜਾਇਜ਼ ਐਕਸਟਰਾ ਜਿਹੜਾ ਮਿੱਠਾ ਆ ਉਹ ਸਾਡੀ ਬੋਡੀ 'ਚ ਨਹੀਂ ਜਾਏਗਾ। ਸੋ ਇਸ ਚੀਜ਼ ਦਾ ਅਸੀਂ ਬਹੁਤ ਖਿਆਲ ਰੱਖਣਾ ਹੈ। ਦੋਸਤੋ, ਫਰੂਟਸ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਤੇ ਅੰਬ ਨੂੰ ਡਿਸਕਸ਼ਨ 'ਚੋਂ ਬਾਹਰ ਨਹੀਂ ਛੱਡਿਆ ਜਾ ਸਕਦਾ, ਕਿਉਂਕਿ ਅੰਬ ਜਿਹੜਾ ਉਹ ਸੀਜ਼ਨਲ ਫਲ ਆ, ਫਲਾਂ ਦਾ ਰਾਜਾ ਆ, ਹਰ ਕਿਸੇ ਦਾ ਦਿਲ ਕਰਦਾ ਵੀ ਅਸੀਂ ਅੰਬ ਜ਼ਰੂਰ ਖਾਈਏ, ਚਾਹੇ ਉਹ ਡਾਇਬਿਟਿਕ ਹੀ ਕਿਉਂ ਨਾ ਹੋਵੇ। ਰੂਲ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀ ਉਹਨੂੰ ਯਾਦ ਰੱਖੋ, ਅਗਰ ਬਲੱਡ ਸ਼ੂਗਰ ਤੁਹਾਡੀ ਨੋਰਮਲ ਆਈ ਹੈ ਤਾਂ ਅੰਬ ਖਾ ਸਕਦੇ ਹਾਂ, ਅਦਰਵਾਈਜ਼ ਆਪਾਂ ਅੰਬ ਨਹੀਂ ਖਾਣੇ, ਠੀਕ ਹੈ ਜੀ। ਦੂਸਰੇ ਪਾਸੇ ਅਗਰ ਆਪਾਂ ਹੁਣ ਗਲਾਈਸੀਮਿਕ ਇੰਡੈਕਸ ਦੇ ਹਿਸਾਬ ਨਾਲ 100 ਗ੍ਰਾਮ ਅੰਬ ਦਾ ਗਲਾਈਸੀਮਿਕ ਲੋਡ ਕੱਢੀਏ, ਹੁਣ ਗਲਾਈਸੀਮਿਕ ਲੋਡ ਜਿਹੜਾ ਆ ਉਹ ਜ਼ਿਆਦਾ ਇੰਪੋਰਟੈਂਟ ਆ, ਠੀਕ ਹੈ, ਉਹ ਸਾਨੂੰ ਫਾਈਨਲ ਦੱਸੂਗਾ ਵੀ ਅਸੀਂ ਚੀਜ਼ ਖਾ ਸਕਦੇ ਕਿ ਨਹੀਂ। ਗਲਾਈਸੀਮਿਕ ਇੰਡੈਕਸ ਜਿਹੜਾ ਆ ਉਹ 50 ਤੋਂ 55 ਦੇ ਵਿਚਕਾਰ ਆ, 100 ਗ੍ਰਾਮ ਦਾ ਗਲਾਈਸੀਮਿਕ ਲੋਡ ਅੰਬ ਦਾ ਉਹ ਹੈਗਾ ਆ ਜੀ 8,
ਯਾਨੀ ਕਿ 11 ਤੋਂ ਥੱਲੇ 11 12 ਤੋਂ ਥੱਲੇ ਥੱਲੇ ਜਿਹੜੇ ਵੀ ਫਲਾਂ ਦਾ ਗਲਾਈਸੀਮਿਕ ਲੋਡ ਹੁੰਦਾ ਆ ਉਹ ਸਾਡੇ ਲਈ ਸੇਫ ਆ। ਠੀਕ ਹੈ, 8 ਦਾ ਮਤਲਬ ਹੈ ਕਿ ਗਲਾਈਸੀਮਿਕ ਲੋਡ ਦੇ ਹਿਸਾਬ ਨਾਲ 100 ਗ੍ਰਾਮ ਅੰਬ ਖਾਣਾ ਸਾਡੇ ਲਈ ਸੇਫ ਆ। ਠੀਕ ਹੈ, ਉਹ ਸਾਨੂੰ ਨੁਕਸਾਨ ਨਹੀਂ ਕਰੇਗਾ। ਲੇਕਿਨ ਅਗਰ ਤੁਸੀਂ 100 ਦੀ ਬਜਾਏ 200 ਗ੍ਰਾਮ ਲੈ ਲਿਆ ਤੇ ਸਾਡਾ ਉਸੇ ਹੀ ਅੰਬ ਦਾ ਗਲਾਈਸੀਮਿਕ ਲੋਡ ਜਿਹੜਾ ਹੈ ਉਹ 8 ਤੋਂ ਵੱਧ ਕੇ 16 ਹੋ ਜਾਏਗਾ। ਠੀਕ ਹੈ, ਤੇ 16 ਜਿਹੜਾ ਆ ਉਹ ਮੀਡੀਅਮ ਗਲਾਈਸੀਮਿਕ ਲੋਡ ਆ, ਯਾਨੀ ਕਿ ਡਾਇਬਟਿਕ ਪੇਸ਼ੈਂਟ ਵਾਸਤੇ ਵੱਡੀ ਨਾ। ਠੀਕ ਹੈ, ਸੋ ਅਗਰ ਤੁਹਾਨੂੰ ਲੱਗਦਾ ਕਿ 100 ਗ੍ਰਾਮ ਦੀ ਮਾਤਰਾ 'ਚ ਤੁਸੀਂ ਅੰਬ ਖਾ ਸਕਦੇ ਹੋ, ਤੁਹਾਡਾ ਆਪਣੇ ਮੂੰਹ ਦੇ ਉੱਪਰ ਕੰਟਰੋਲ ਹੈ, ਤੁਸੀਂ ਸਵਾਦ ਦੇ ਚੱਕਰ ਦੇ ਵਿੱਚ ਅੰਬ ਜ਼ਿਆਦਾ ਨਹੀਂ ਖਾਓਗੇ, ਘੱਟ ਮਾਤਰਾ 'ਚ ਅਗਰ ਤੁਸੀਂ ਖਾ ਸਕਦੇ ਆ ਤੇ ਤੁਸੀਂ ਬਿਲਕੁਲ ਖਾਓ। ਠੀਕ ਹੈ, ਉਹਦਾ ਤੁਹਾਨੂੰ ਬੈਨੀਫਿਟ ਹੀ ਮਿਲੇਗਾ। ਠੀਕ ਹੈ, ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਤੁਹਾਨੂੰ ਜਾਂ ਤਾਂ ਕਹਿਣਗੇ ਅੰਬ ਖਾ ਸਕਦੇ ਜਾਂ ਨਹੀਂ ਖਾ ਸਕਦੇ, ਲੇਕਿਨ ਤੁਹਾਨੂੰ ਸਹੀ ਤਰੀਕਾ ਜਿਹੜਾ ਆ ਮੈਂ ਉਮੀਦ ਕਰਦਾ ਵੀ ਅੱਜ ਪਤਾ ਲੱਗਾ ਹੋਏਗਾ। ਠੀਕ ਹੈ, ਫਰੂਟ ਖਾਣ ਦਾ। ਸੋ ਦੋਸਤੋ, ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸੀਜ਼ਨਲ ਖਾਈਏ, ਫਾਈਬਰ ਵਾਲਾ ਫਰੂਟ ਖਾਈਏ, ਘੱਟ ਗਲਾਈਸੀਮਿਕ ਇੰਡੈਕਸ ਅਤੇ ਗਲਾਈਸੀਮਿਕ ਲੋਡ ਵਾਲਾ ਫਰੂਟ ਖਾਈਏ, ਥੋੜ੍ਹੀ ਮਾਤਰਾ 'ਚ ਫਰੂਟ ਖਾਈਏ, ਜ਼ਿਆਦਾ ਮਾਤਰਾ 'ਚ ਫਰੂਟ ਨਾ ਖਾਈਏ, ਉਹ ਹਮੇਸ਼ਾ ਹੀ ਸਾਨੂੰ ਬੈਨੀਫਿਟ ਕਰੇਗਾ। ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਮੇਰੇ ਚੈਨਲ ਦੇ ਉੱਪਰ ਜਾ ਕੇ ਬਾਕੀ ਵੀਡੀਓਜ਼ ਨੂੰ ਵੀ ਦੇਖੋ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਮੈਂ ਤੁਹਾਨੂੰ ਮਿਲੂੰਗਾ ਅਗਲੀ ਵਾਰ, ਉਦੋਂ ਤੱਕ ਲਈ ਤੁਸੀਂ ਆਪਣੀ ਸਿਹਤ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।